ਵੀਜ਼ਾ ਹੁਣ ਉਹਨਾਂ ਬੱਚਿਆਂ ਦਾ ਹੀ ਆਊਗਾ ਜਿਨ੍ਹਾਂ ਦੇ ਬੈਂਡ ਸਕੋਰ ਪੂਰੇ ਵਧੀਆ ਨੇ, ਪਰਸੈਂਟੇਜ ਬਿਲਕੁਲ ਅੱਛੀ ਹੈ, ਠੀਕ ਹੈ, ਔਰ ਬਾਹਰ ਜਾਣ ਲਈ ਐਲੀਜੀਬਲ ਹੈ ਬਿਲਕੁਲ, ਉਹੀ ਬੱਚਾ ਅਪਲਾਈ ਕਰੇ ਔਰ ਕਿਸੇ ਦੇ ਚਾਂਸੇ 'ਚ ਨਾ ਫਸੇ ਵੀ 5.5 ਬੈਂਡ ਲਿਆਓ ਤੁਹਾਨੂੰ ਵੀਜ਼ਾ ਦੇਵਾਂਗੇ ਜਾਂ ਪੈਸੇ ਬਾਅਦ 'ਚ। ਕਈ ਬੱਚੇ ਇਵੇਂ ਫਸ ਜਾਂਦੇ ਨੇ ਵੀ ਪੈਸੇ ਬਾਅਦ 'ਚ ਦਿਓ ਔਰ ਵੀਜ਼ਾ ਲਗਵਾਓ, ਉਹ ਸਿਰਫ ਆਪ ਚੀਜ਼ ਦੇਖ ਲੈਂਦੇ ਨੇ ਵੀ ਪੈਸੇ ਬਾਅਦ 'ਚ, ਬਟ ਉਹ ਫਿਊਚਰ ਨਹੀਂ ਦੇਖਦੇ ਨਾ ਵੀ ਜਿਹੜਾ ਉਹਨਾਂ ਦਾ ਫਿਊਚਰ ਹੈ ਉਹ ਖਰਾਬ ਹੋ ਰਿਹਾ। ਇੱਕ ਵਾਰ ਮੌਕਾ ਦੇ ਕੇ ਦੇਖੋ ਨਾ, ਤੁਹਾਡੇ ਸ਼ਹਿਰ 'ਚ ਕੋਈ ਵੀ ਤੁਹਾਡੇ ਨਾਲ ਕੁਛ ਗਲਤ ਜਾਂ ਕੋਈ ਫਰੋਡ ਜਾਂ ਤੁਹਾਡਾ ਟਾਈਮ ਵੇਸਟ ਜਾਂ ਤੁਹਾਡੇ ਪੈਸੇ ਖਰਾਬ ਨਹੀਂ ਹੋਣਗੇ। ਅਗਰ ਵੀਜ਼ਾ ਆਉਣਾ ਹੋਊਗਾ ਤਾਂ ਫਾਈਲ ਫੜਾਂਗੇ, ਅਗਰ ਵੀਜ਼ਾ ਨਹੀਂ ਆਉਣਾ ਹੋਊਗਾ ਤਾਂ ਤੁਹਾਨੂੰ ਸਾਫ਼ ਜਵਾਬ ਦੇ ਦਾਂਗੇ। UK ਦਾ ਅਗਰ ਵੀਜ਼ਾ ਦਵਾ ਸਕਦੇ ਨੇ ਤਾਂ ਸਿਰਫ ਰਾਈਜ ਇਮੀਗ੍ਰੇਸ਼ਨ ਹੀ ਵੀਜ਼ਾ ਦਵਾ ਸਕਦੇ। ਅਸੀਂ ਲਾਸਟ ਈਅਰ ਵੀ ਘੱਟੋ ਘੱਟ 5 ਤੋਂ 6 ਹਜ਼ਾਰ ਬੱਚੇ ਦਾ UK ਦਾ ਵੀਜ਼ਾ ਲੈ ਕੇ ਦਿੱਤਾ, ਵੱਖ ਵੱਖ ਥਾਵਾਂ ਤੋਂ ਫਿਰੋਜ਼ਪੁਰ, ਸ਼੍ਰੀਨਗਰ ਤੱਕ, ਉੱਤਰਾਖੰਡ ਤੱਕ ਦੇ ਬੱਚੇ ਅਸੀਂ ਭੇਜੇ, ਹੁਣ ਪਟਿਆਲਾ ਤੋਂ ਹੋਰ ਥਾਵਾਂ ਤੋਂ ਵੱਖ ਵੱਖ ਥਾਵਾਂ ਤੋਂ ਬੱਚੇ ਭੇਜੇ। ਤੁਹਾਨੂੰ ਆਈਲੈਟਸ ਕਰਨ ਦੀ ਵੀ ਲੋੜ ਨਹੀਂ, ਤੁਸੀਂ ਵਿਦਾਊਟ ਆਈਲੈਟਸ ਵੀ UK ਦਾ ਵੀਜ਼ਾ ਅਪਲਾਈ ਕਰ ਸਕਦੇ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਅੱਜ ਨੌਜਵਾਨਾਂ ਦੇ ਵਿੱਚ ਹੋੜ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਦੇਸ਼ ਚਲੇ ਜਾਈਏ ਅਤੇ ਉੱਥੇ ਰੋਜ਼ੀ ਰੋਟੀ ਕਮਾਈਏ ਅਤੇ ਜਾ ਕੇ ਆਪਣੇ ਸੁਪਨੇ ਪੂਰੇ ਕਰੀਏ। ਪਰ ਸਹੀ ਤਰੀਕੇ ਦੇ ਨਾਲ ਵਿਦੇਸ਼ ਕਿਵੇਂ ਜਾਣਾ ਹੈ, ਸੈਟਲ ਕਿਵੇਂ ਹੋਣਾ ਹੈ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਤੇ ਖਾਸ ਤੌਰ ਦੇ ਉੱਤੇ ਇੱਕ ਅਜਿਹੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਕੰਪਨੀ ਦੇ ਬਾਰੇ ਸੁਣਿਆ ਸੀਗਾ ਜਿਹੜੀ ਸਹੀ ਤਰੀਕੇ ਦੇ ਨਾਲ ਵੀਜ਼ਾ ਲਗਵਾਉਂਦੀ ਹੈ। ਅਸੀਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਝਾਤ ਮਾਰੀ ਤਾਂ ਸਾਡੇ ਸਾਹਮਣੇ ਆਈ ਰਾਈਜ਼ ਇਮੀਗ੍ਰੇਸ਼ਨ ਪਟਿਆਲਾ। ਉਸ ਕੰਪਨੀ ਦੇ MD ਸਾਹਿਬ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਅਤੇ ਜਾਣਾਂਗੇ ਕਿ ਕਿੰਨੇ ਕੁ ਵੀਜ਼ਾਜ਼ ਉਹ ਲਵਾ ਚੁੱਕੇ ਨੇ, ਕੀ ਤਰੀਕਾ ਹੈ ਬਾਹਰ ਜਾਣ ਦਾ। ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਹੁੰਦੇ ਨੇ, ਮਨ ਦੇ ਵਿੱਚ ਕਈ ਤਰ੍ਹਾਂ ਦੇ ਭਰਮ ਹੁੰਦੇ ਨੇ ਅਤੇ ਕਈ ਵਾਰ ਤੁਸੀਂ ਗੁੰਮਰਾਹ ਵੀ ਹੋ ਜਾਂਦੇ ਹੋ, ਜਿਹਦੇ ਨਾਲ ਪੈਸਾ ਵੀ ਖਰਾਬ ਹੁੰਦਾ ਹੈ, ਸਮਾਂ ਵੀ ਖਰਾਬ ਹੁੰਦਾ ਹੈ, ਅਤੇ ਮਾਤਾ ਪਿਤਾ ਨੇ ਜੋ ਪੂੰਜੀ ਜਮ੍ਹਾਂ ਕੀਤੀ ਹੁੰਦੀ ਹੈ ਉਹ ਵੀ ਇੱਕ ਤਰੀਕੇ ਦੇ ਨਾਲ ਅਜਾਈਂ ਚਲੀ ਜਾਂਦੀ ਹੈ। ਸਾਡੇ ਨਾਲ ਮੌਜੂਦ ਨੇ ਰਾਈਜ਼ ਇਮੀਗ੍ਰੇਸ਼ਨ ਤੋਂ ਮਿਸਟਰ ਅਮਨਦੀਪ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਮਨ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਅਮਨਦੀਪ ਸਿੰਘ ਰਾਈਜ਼ ਇਮੀਗ੍ਰੇਸ਼ਨ ਸਰਵਿਸ ਪਟਿਆਲਾ ਤੋਂ ਬਹੁਤ ਬਹੁਤ ਧੰਨਵਾਦ ਕਰਦਾ D5 ਚੈਨਲ ਪੰਜਾਬੀ ਦਾ ਰਾਈਜ਼ ਇਮੀਗ੍ਰੇਸ਼ਨ ਦੇ ਦਫ਼ਤਰ ਆਉਣ 'ਤੇ। ਬਿਲਕੁਲ ਅਮਨ ਜੀ, ਤੁਹਾਡੇ ਬਾਰੇ ਬਹੁਤ ਸੁਣਿਆ ਸੀਗਾ, ਚਰਚੇ ਵੀ ਕਾਫੀ ਨੇ, ਅਕਸਰ ਅਸੀਂ ਜਦੋਂ ਦੇਖਦੇ ਹਾਂ ਸੁਣਦੇ ਹਾਂ ਤਾਂ ਨੌਜਵਾਨਾਂ ਦੇ ਵਿੱਚ ਵੀ ਇੱਕ ਕਰੇਜ਼ ਹੈ ਕਿ ਅਸੀਂ ਰਾਈਜ਼ ਇਮੀਗ੍ਰੇਸ਼ਨ ਦੇ ਕੋਲ ਹੀ ਜਾਣਾ ਹੈ, ਉਹਨਾਂ ਤੋਂ ਹੀ ਆਪਣੀ ਫਾਈਲ ਲਗਵਾਉਣੀ ਹੈ। ਕਿਉਂਕਿ ਬਹੁਤ ਸਾਰੀਆਂ ਫਰਮਾਂ ਨੇ ਅਤੇ ਨੌਜਵਾਨ ਕਨਫਿਊਜ਼ ਵੀ ਹੋ ਜਾਂਦੇ ਨੇ, ਉਹਨਾਂ ਦੇ ਪੇਰੈਂਟਸ ਵੀ ਕਨਫਿਊਜ਼ ਹੋ ਜਾਂਦੇ ਨੇ ਕਿ ਕਿਹਦੇ ਕੋਲ ਜਾਈਏ, ਕਿਹੜਾ ਸਹੀ ਇਮੀਗ੍ਰੇਸ਼ਨ ਵਾਲਾ ਕੰਮ ਕਰਨ ਵਾਲਾ ਬੰਦਾ ਸਾਡੇ ਆਲੇ ਦੁਆਲੇ ਆ। ਤਾਂ ਤੁਸੀਂ, ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇੱਕ ਬੀੜਾ ਚੁੱਕਿਆ ਹੋਇਆ ਇਹਨਾਂ ਨੇ ਕਿ ਇਹਨਾਂ ਨੇ ਕਿਸੇ ਨੂੰ ਗੁੰਮਰਾਹ ਨਹੀਂ ਹੋਣ ਦੇਣਾ, ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣਾ ਹੈ, ਉਹਨਾਂ ਨੂੰ ਵਿਦੇਸ਼ ਸਹੀ ਤਰੀਕੇ ਦੇ ਨਾਲ ਪਹੁੰਚਾਉਣਾ ਹੈ। ਅਤੇ ਖਾਸ ਤੌਰ ਦੇ ਉੱਤੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਆਸ ਪਾਸ ਦੇ ਜਿੰਨੇ ਵੀ ਨੌਜਵਾਨ, ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਫਾਈਲ ਲਗਵਾਉਣੀ ਹੈ, ਕੈਨੇਡਾ ਜਾਣਾ, UK ਜਾਣਾ, ਉਹਦੀ ਗੱਲ ਆਪਾਂ ਅੱਗੇ ਵੀ ਕਰਾਂਗੇ ਕਿਸ ਤਰ੍ਹਾਂ ਫਾਈਲ ਲੱਗਣੀ ਹੈ। ਪਰ ਇੱਕ ਹੁੰਦਾ ਨਾ ਕਿ ਆਪਣੇ ਇਲਾਕੇ ਦੇ ਬੰਦੇ ਦੇ ਉੱਤੇ ਭਰੋਸਾ ਕਰ ਲਿਆ ਜਾਵੇ ਤਾਂ ਪੈਸਾ ਵੀ ਬਚ ਜਾਂਦਾ, ਸਮਾਂ ਵੀ ਬਚ ਜਾਂਦਾ, ਦੂਰ ਦੂਰ ਤੁਹਾਨੂੰ ਹੋਰ ਸਿਟੀ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਅਤੇ ਅਮਨ ਜੀ, ਅੱਜ ਕੱਲ੍ਹ ਕੀ ਚੱਲ ਰਿਹਾ, ਕਿਸ ਤਰ੍ਹਾਂ ਦੇ ਨਾਲ ਰੁਝਾਨ ਹੈ, ਅਤੇ ਚਰਚਾ ਇਹ ਹੈ ਕਿ ਕੈਨੇਡਾ ਨੇ ਵੀਜ਼ੇ ਬੰਦ ਕਰ ਦਿੱਤੇ ਨੇ, ਕਈ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਆ ਰਹੀਆਂ ਨੇ? ਪਹਿਲੀ ਗੱਲ ਤਾਂ ਸਰ, ਮੈਂ ਜਿੰਨੇ ਵੀ ਆਪਣਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦਾ ਧੰਨਵਾਦ ਅਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਦੁਬਾਰਾ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦਾ। ਅਤੇ ਮੈਂ ਇਹ ਜਿਹੜਾ ਅੱਜ ਆਪਾਂ ਪ੍ਰੋਗਰਾਮ ਸਰ ਤੁਸੀਂ ਆਏ ਹੋ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਤੱਕ ਪਹੁੰਚੇ ਤਾਂ ਇਸ ਪ੍ਰੋਗਰਾਮ ਨਾਲ ਬੜੇ ਬੱਚਿਆਂ ਨੂੰ ਹੈਲਪ ਮਿਲੂਗੀ, ਹੈ ਨਾ। ਮੈਂ ਇਹ ਕਹੂੰਗਾ ਵੀ ਇੱਕ ਸਹਾਇਤਾ ਹੋ ਜੂਗੀ ਇੱਕ, ਅਤੇ
ਅਸੀਂ ਵੀ ਸਰ ਰੋਜ਼ ਦੇਖਦੇ ਹਾਂ, ਮੈਂ ਜਿਵੇਂ ਮੰਨ ਲਓ ਪਟਿਆਲੇ ਦਾ ਰਹਿਣ ਵਾਲਾ, ਪਟਿਆਲੇ ਦੇ ਨਾਲ ਮੇਰਾ ਪਿੰਡ ਹੈ, ਰੋਜ਼ ਲੋਕ ਕਈ ਫੋਨਸ ਆਉਂਦੇ ਨੇ, ਕੋਈ ਕੋਲਸ ਆਉਂਦੀਆਂ ਨੇ ਵੀ ਸਾਡੇ ਪੈਸੇ ਫਸ ਗਏ, ਸਾਡੀ ਰਿਫਿਊਜ਼ਲ ਆ ਗਈ, ਅਸੀਂ ਬੈਨ ਹੋ ਗਏ, ਸਾਡਾ ਪਾਸਪੋਰਟ ਨਹੀਂ ਦਿੱਤਾ ਜਾ ਰਿਹਾ। ਸੋ ਮੈਂ ਉਹਨਾਂ ਨੂੰ ਇਹੀ ਗੱਲ ਕਹਾਂਗਾ ਵੀ ਇੱਕ ਵਾਰ ਥਾਂ ਥਾਂ ਕੋਈ ਚੰਡੀਗੜ੍ਹ ਜਾਂਦਾ, ਕੋਈ ਦਿੱਲੀ ਜਾਂਦਾ, ਵੀ ਇੱਕ ਵਾਰ ਆਪਣੇ ਇਲਾਕੇ 'ਤੇ ਇਸ ਬੱਚੇ 'ਤੇ ਤੁਹਾਡੇ 'ਚੋਂ ਹੀ ਆਪਾਂ ਨਿਕਲੇ ਹਾਂ, ਹੈ ਨਾ, ਤੁਹਾਡੇ ਨਾਲ ਹੀ ਵੱਡੇ ਹੋਏ ਹਾਂ, ਸਾਰਾ ਤੁਸੀਂ ਦੇਖਿਆ ਵੀ ਕਿਵੇਂ ਮਾਂ ਬਾਪ ਪੈਸੇ ਕਮਾਉਂਦਾ, ਕਿਵੇਂ ਨਹੀਂ ਕਮਾਉਂਦਾ, ਵੀ ਇੱਕ ਵਾਰ ਸਾਡੀ ਰਾਈਜ਼ ਇਮੀਗ੍ਰੇਸ਼ਨ 'ਤੇ ਅਤੇ ਇੱਕ ਵਾਰ ਆਪਣੇ ਛੋਟੇ ਭਰਾ 'ਤੇ ਵਿਸ਼ਵਾਸ ਜ਼ਰੂਰ ਕਰੋ। ਘੱਟੋ ਘੱਟ ਵੀਜ਼ਾ ਨਹੀਂ, ਟਾਈਮ ਨਹੀਂ, ਪੈਸਾ ਨਹੀਂ, ਤੁਹਾਡਾ ਬਿਲਕੁਲ ਖਰਾਬ ਨਹੀਂ ਹੋਊਗਾ। ਅਗਰ ਵੀਜ਼ਾ ਆਊਗਾ ਤਾਂ ਕਹਾਂਗੇ, ਅਗਰ ਨਹੀਂ ਵੀਜ਼ਾ ਆਊਗਾ ਸਾਫ ਜਵਾਬ ਦੇ ਦਾਂਗੇ ਕਿ ਤੁਹਾਡਾ ਕੰਮ ਨਹੀਂ ਹੋਣਾ, ਠੀਕ ਹੈ ਨਾ ਜੀ। ਸੋ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਵੀ ਬਿਲਕੁਲ ਵੀ ਆਪਣੇ ਮਾਂ ਬਾਪ ਦਾ ਪੈਸਾ ਜੋ ਬਿਲਕੁਲ ਖਰਾਬ ਨਾ ਕਰੋ, ਇੱਕ ਚੰਗੇ ਇਮੀਗ੍ਰੇਸ਼ਨ ਕੋਲ ਜਾਓ, ਇੱਕ ਚੰਗੇ ਇਨਸਾਨ ਕੋਲ ਜਾਓ ਜੋ ਕਿ ਤੁਹਾਡੀ ਪ੍ਰੋਫਾਈਲ ਚੰਗੀ ਤਰ੍ਹਾਂ ਚੈੱਕ ਕਰੇ ਔਰ ਤੁਹਾਨੂੰ ਵੀਜ਼ਾ ਲੈ ਕੇ ਦੇਵੇ, ਤੁਹਾਡਾ ਟਾਈਮ ਬਿਲਕੁਲ ਨਾ ਖਰਾਬ ਕਰੇ। ਬਿਲਕੁਲ ਜੀ। ਅਤੇ ਜਦੋਂ ਅਸੀਂ ਅਮਨ ਹੋਰਾਂ ਕੋਲ ਆਏ ਹਾਂ, ਰਾਈਜ਼ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਬੈਠੇ ਹਾਂ ਤਾਂ ਬੜਾ ਪਰਿਵਾਰਕ ਜਿਹਾ ਮਾਹੌਲ ਲੱਗਿਆ। ਸਾਡੀ ਬਾਹਰ ਗੱਲਬਾਤ ਵੀ ਹੋਈ ਹੈ, ਜਿਹੜੇ ਨੌਜਵਾਨ ਇੱਥੋਂ ਵੀਜ਼ਾ ਲਗਵਾਉਣ ਦੇ ਚਾਹਵਾਨ ਨੇ ਆਪਣੀ ਫਾਈਲ ਦੇ ਸਿਲਸਿਲੇ ਦੇ ਵਿੱਚ ਆਏ ਹੋਏ ਨੇ, ਇੱਕ ਪਰਿਵਾਰਕ ਜਿਹਾ ਮਾਹੌਲ ਹੈ। ਜਿਹੋ ਜਿਹੀ ਗੱਲਬਾਤ ਅਮਨ ਹੋਰੀ ਸਾਡੇ ਨਾਲ ਕਰ ਰਹੇ ਨੇ, ਅਜਿਹੀ ਗੱਲਬਾਤ ਤੁਹਾਡੇ ਨਾਲ ਵੀ ਕੀਤੀ ਜਾਵੇਗੀ ਜੇਕਰ ਤੁਸੀਂ ਇੱਥੋਂ ਤੱਕ ਪਹੁੰਚ ਕਰਦੇ ਹੋ। ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਹੇ ਨੇ, ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਕੁਐਰੀ ਹੈ ਤਾਂ ਤੁਸੀਂ ਉਹਦੇ ਉੱਤੇ ਆਪਣਾ ਸਵਾਲ ਛੱਡ ਸਕਦੇ ਹੋ, ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ, ਸਮਾਂ ਲੈ ਸਕਦੇ ਹੋ। ਅਤੇ ਐਡਰੈਸ ਵੀ ਲਗਾਤਾਰ ਚੱਲ ਰਿਹਾ ਹੈ, ਪਤਾ ਵੀ ਚੱਲ ਰਿਹਾ ਹੈ ਕਿ ਰਾਈਜ਼ ਇਮੀਗ੍ਰੇਸ਼ਨ ਸਰਵਿਸਿਜ਼ ਦਾ ਲੀਲਾ ਭਵਨ ਪਟਿਆਲਾ, ਪਟਿਆਲਾ ਸ਼ਾਹੀ ਸ਼ਹਿਰ ਹੈ ਜੀ, ਇਹਦੇ ਵਿੱਚ ਸ਼ਾਹੀ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਸ਼ਾਹੀ ਜਹਾਜ਼ ਦੇ ਵਿੱਚ ਬੈਠ ਕੇ ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਅਮਨ ਹੋਰਾਂ ਨਾਲ ਜ਼ਰੂਰ ਸੰਪਰਕ ਕਰੋ। ਅਮਨ ਜੀ, ਆਪਾਂ ਗੱਲ ਕਰੀਏ ਕੈਨੇਡਾ ਦੇ ਵੀਜ਼ੇ ਦੀ, ਤਾਂ ਸਟੱਡੀ ਵੀਜ਼ੇ ਨੂੰ ਲੈ ਕੇ ਕਾਫੀ ਰੁਝਾਨ ਚੱਲ ਰਿਹਾ ਹੈ, ਅਤੇ ਕਿਆ ਇਹ ਜਾ ਰਿਹਾ ਹੈ ਕਿ ਵੀਜ਼ਾ ਨਹੀਂ ਲੱਗ ਰਿਹਾ ਈਜ਼ੀਲੀ ਜਾਂ ਫਿਰ ਕੈਨੇਡਾ ਨੇ ਕਈ ਤਰ੍ਹਾਂ ਦੇ ਬਦਲਾਅ ਕਰ ਦਿੱਤੇ ਨੇ, ਤੁਹਾਡੇ ਕੋਲ ਕਿੰਨੇ ਕੁ ਨੌਜਵਾਨ ਆ ਰਹੇ ਨੇ ਅਤੇ ਕਿੰਨੇ ਕੁ ਵੀਜ਼ਾਜ਼ ਲੱਗ ਰਹੇ ਨੇ? ਸਰ ਕੈਨੇਡਾ ਨੇ ਦੇਖੋ ਸਟ੍ਰਿਕ ਕੀਤਾ, ਕੋਈ ਐਸੀ ਨਹੀਂ ਗੱਲ ਵੀ ਨਹੀਂ ਕੀਤਾ, ਥੋੜ੍ਹੇ ਜਿਹੇ ਚੇਂਜਸ ਕੀਤੇ ਨੇ, ਬਦਲਾਵ ਲਿਆਏ ਨੇ। ਸੋ ਵੀਜ਼ਾ ਹੁਣ ਉਹਨਾਂ ਬੱਚਿਆਂ ਦਾ ਹੀ ਆਊਗਾ ਜਿਨ੍ਹਾਂ ਦੇ ਬੈਂਡ ਸਕੋਰ ਪੂਰੇ ਵਧੀਆ ਨੇ, ਪਰਸੈਂਟੇਜ ਬਿਲਕੁਲ ਅੱਛੀ ਹੈ, ਠੀਕ ਹੈ, ਔਰ ਬਾਹਰ ਜਾਣ ਲਈ ਐਲੀਜੀਬਲ ਹੈ ਬਿਲਕੁਲ, ਉਹੀ ਬੱਚਾ ਅਪਲਾਈ ਕਰੇ ਔਰ ਕਿਸੇ ਦੇ ਚਾਂਸੇ 'ਚ ਨਾ ਫਸੇ ਵੀ 5.5 ਬੈਂਡ ਲਿਆਓ ਤੁਹਾਨੂੰ ਵੀਜ਼ਾ ਦੇਵਾਂਗੇ, ਜਾਂ ਪੈਸੇ ਬਾਅਦ 'ਚ, ਕਈ ਬੱਚੇ ਇਵੇਂ ਫਸ ਜਾਂਦੇ ਨੇ ਵੀ ਪੈਸੇ ਬਾਅਦ 'ਚ ਦਿਓ ਔਰ ਵੀਜ਼ਾ ਲਗਵਾਓ, ਉਹ ਸਿਰਫ ਆਪ ਚੀਜ਼ ਦੇਖ ਲੈਂਦੇ ਨੇ ਵੀ ਪੈਸੇ ਬਾਅਦ 'ਚ, ਬਟ ਉਹ ਫਿਊਚਰ ਨਹੀਂ ਦੇਖਦੇ ਨਾ ਵੀ ਜਿਹੜਾ ਉਹਨਾਂ ਦਾ ਫਿਊਚਰ ਉਹ ਖਰਾਬ ਹੋ ਰਿਹਾ। ਅਗਰ ਰਿਫਿਊਜ਼ਲ ਆਊਗੀ ਉਹ ਪੈਸਿਆਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਕੇ ਹੈ, ਤੁਹਾਡੀ ਪ੍ਰੋਫਾਈਲ ਖਰਾਬ ਹੋ ਰਹੀ ਹੈ, ਤੁਹਾਡਾ ਟਾਈਮ ਵੇਸਟ ਹੋ ਰਿਹਾ, ਤੁਹਾਡੀ ਪ੍ਰੋਫਾਈਲ 'ਚ ਗੈਪ ਪੈ ਰਿਹਾ, ਪੈਸੇ ਆਪਾਂ ਫਿਰ ਕਮਾਵਾਂਗੇ, ਬਟ ਜਿਹੜਾ ਤੁਹਾਡੀ ਸਟੱਡੀ 'ਚ, ਤੁਹਾਡੀ ਪੜ੍ਹਾਈ 'ਚ ਗੈਪ ਪੈ ਰਿਹਾ ਉਹ ਆਪਾਂ ਮੁੜ ਕੇ ਦੁਬਾਰਾ ਕਦੇ ਨਹੀਂ ਲਿਆ ਸਕਦੇ। ਸੋ ਆਪਾਂ ਇਹੀ ਕਹਾਂਗੇ ਵੀ ਅਗਰ ਜਿਨ੍ਹਾਂ ਨੇ ਕੈਨੇਡਾ ਜਾਣਾ, ਬਿਲਕੁਲ ਪਰਸੈਂਟੇਜ ਬਿਲਕੁਲ ਅੱਛੇ ਹੋਣੇ ਚਾਹੀਦੇ ਨੇ, ਬੈਂਡ ਸਕੋਰ ਪੂਰੇ ਹੋਣੇ ਚਾਹੀਦੇ ਨੇ, ਉਸ ਤੋਂ ਬਾਅਦ ਅਗਰ ਤੁਹਾਡੇ ਡਾਕੂਮੈਂਟ ਪੂਰੇ ਨੇ, ਕਿਸੇ ਕੋਈ ਡਾਕੂਮੈਂਟ 'ਚ ਕੋਈ ਕਮੀ ਨਹੀਂ ਹੈ, ਫਿਰ ਉਹ ਬੱਚਾ ਅਪਲਾਈ ਕਰੇ, ਅਦਰਵਾਈਜ਼ ਕਿਸੇ ਵੀ ਚਾਂਸੇ 'ਚ ਜਾਂ ਜਿਹੜੀਆਂ ਐਡਾਂ ਚੱਲ ਰਹੀਆਂ ਨੇ ਉਹਨਾਂ 'ਚ ਫਸ ਕੇ ਬਿਲਕੁਲ ਵੀ ਆਪਣੀ ਅਪਲਾਈ ਨਾ ਕਰਨ। ਬਿਲਕੁਲ, ਅਮਨ ਹੋਰਾਂ ਨੇ ਕਲੀਅਰ ਕਰ ਹੀ ਦਿੱਤਾ ਹੈ ਕਿ ਜਦੋਂ ਤੱਕ ਤੁਹਾਡੇ ਪੂਰੇ ਡਾਕੂਮੈਂਟ ਤੁਹਾਡੇ ਕੋਲ ਉਪਲਬਧ ਨਹੀਂ ਹੈਗੇ, ਜਦੋਂ ਤੱਕ ਤੁਸੀਂ ਪੂਰੇ ਐਲੀਜੀਬਲ ਨਹੀਂ ਹੋਏ ਤਾਂ ਉਦੋਂ ਤੱਕ ਤੁਸੀਂ ਫਾਈਲ ਆਪਣੀ ਨਾ ਲਗਾਓ, ਅਤੇ ਝਾਂਸੇ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਅਮਨ ਹੋਰਾਂ ਵਰਗੇ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਹੜੇ ਦਿਲੋਂ ਤੁਹਾਨੂੰ ਅਪੀਲ ਕਰਦੇ ਨੇ, ਦਿਲੋਂ ਤੁਹਾਡੇ ਨਾਲ ਜੁੜਦੇ ਨੇ। ਅਮਨ ਜੀ, ਜੇਕਰ ਆਪਾਂ ਇੰਟੇਕ ਦੀ ਗੱਲ ਕੀਤੀ ਜਾਏ ਕਰੀਏ ਤਾਂ ਕਿਹੜਾ ਇਸ ਵੇਲੇ ਚੱਲ ਰਿਹਾ? ਸਰ ਇਸ ਟਾਈਮ ਸਤੰਬਰ ਇਨਟੇਕ ਚੱਲ ਰਿਹਾ, ਜਨਵਰੀ ਇਨਟੇਕ ਚੱਲ ਰਿਹਾ, ਜਿਨ੍ਹਾਂ ਬੱਚਿਆਂ ਨੇ ਅਪਲਾਈ ਕਰਨਾ ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਨੇ ਔਰ ਜਨਵਰੀ ਇਨਟੇਕ ਲਈ ਵੀ ਅਪਲਾਈ ਕਰ ਸਕਦੇ ਨੇ। ਅਗਰ ਉਹ ਗੌਰਮੈਂਟ ਕਾਲਜ ਜਾਂ ਗੌਰਮੈਂਟ ਯੂਨੀਵਰਸਿਟੀ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਸਤੰਬਰ ਔਰ ਜਨਵਰੀ ਇਨਟੇਕ ਸਾਡੇ ਕੋਲ ਹਜੇ ਵੀ ਹੈਗਾ,
ਤਾਂ ਹਜੇ ਵੀ ਟਾਈਮ ਵੇਸਟ ਨਾ ਕਰੋ, ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਕੈਨੇਡਾ ਦਾ ਸਟੱਡੀ ਵੀਜ਼ਾ ਜੀ। ਅਤੇ ਮੰਜੀ ਪਿੱਛੇ ਜੀ ਦੇਖਿਆ ਗਿਆ ਸੀਗਾ ਕਿ ਆਫਰ ਲੈਟਰਸ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਸੀਗੇ, ਉਹ ਕੀ ਸੀਗਾ ਅਤੇ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਸਹੀ ਕਾਲਜ ਤੱਕ ਪਹੁੰਚ ਕਰਨ ਵਾਸਤੇ ਕੀ ਕਰਦੇ ਹੋ ਤੁਸੀਂ? ਸਰ ਸਹੀ ਦੇਖੋ, ਬੱਚਿਆਂ ਨੂੰ ਪਲੱਸ ਟੂ ਤੋਂ ਬਾਅਦ ਬੱਚਾ ਕੀ ਸੋਚਦਾ, ਬਸ ਮੈਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ, ਉਹਨੂੰ ਹੋਰ ਉਨਾ ਉਹਨੂੰ ਚੰਗੇ ਦਾ ਪਤਾ ਹੁੰਦਾ ਨਾ ਉਹਨੂੰ ਮਾੜੇ ਦਾ ਪਤਾ ਹੁੰਦਾ ਵੀ ਮੇਰੇ ਲਈ ਕਿਹੜਾ ਚੰਗਾ ਕੋਲਜ ਹੈ ਕਿਹੜਾ ਚੰਗਾ ਕੋਰਸ ਹੈ। ਉਹ ਸਿਰਫ ਇੱਕ ਏਜੰਟ ਦੇ ਭਰੋਸੇ 'ਤੇ ਹੀ ਫਸ ਜਾਂਦਾ। ਔਰ ਮੈਂ ਏਜੰਟ ਨੂੰ ਵੀ ਇਹੀ ਕਹੂੰਗਾ ਵੀ ਕੋਈ ਵੀ ਬੱਚਾ ਆਉਂਦਾ ਤੁਹਾਡੇ ਕੋਲ ਬਹੁਤ ਭਰੋਸਾ ਲੈ ਕੇ ਆਉਂਦਾ ਹੈ ਨਾ, ਉਹਦਾ ਭਰੋਸਾ ਨਾ ਤੋੜੋ। ਜਿਹੜਾ ਕੋਲਜ ਉਹਦੇ ਲਈ ਸਹੀ ਹੈ ਆਪਣੀਆਂ ਕਮਿਸ਼ਨਾਂ ਲਈ, ਤੁਸੀਂ ਉਹਨੂੰ ਗਲਤ ਕੋਲਜ ਜਾਂ ਗਲਤ ਯੂਨੀਵਰਸਿਟੀ 'ਚ ਨਾ ਪਾਓ, ਠੀਕ ਹੈ। ਹਰੇਕ ਏਜੰਟ ਨੂੰ ਪਤਾ ਹੁੰਦਾ ਵੀ ਇਸ ਬੱਚੇ ਲਈ ਕਿਹੜਾ ਕੋਲਜ ਔਰ ਕਿਹੜੀ ਯੂਨੀਵਰਸਿਟੀ ਕਿਹੜਾ ਕੋਰਸ ਠੀਕ ਹੈ, ਉਹਨੂੰ ਉਹੀ ਕੋਲਜ ਦੱਸੋ ਉਹੀ ਕੋਰਸ ਦੱਸੋ ਜੀ, ਠੀਕ ਹੈ ਨਾ ਜੀ। ਸੋ ਉਸੀ ਬਿਹਾਫ 'ਤੇ ਤੁਹਾਡਾ ਵੀਜ਼ਾ ਆਉਣਾ। ਅਦਰਵਾਈਜ਼ ਅਗਰ ਤੁਸੀਂ ਕਹੋ ਵੀ ਕਿਸੇ ਵੀ ਤੁਸੀਂ ਕਿਸੇ ਵੀ ਏਜੰਟ ਕੋਲ ਜਾਂ ਕਿਸੇ ਵੀ ਬੰਦੇ ਦੀਆਂ ਗੱਲਾਂ 'ਚ ਆ ਕੇ ਤੁਸੀਂ ਫਾਈਲ ਅਪਲਾਈ ਕਰ ਦੋਗੇ ਤਾਂ ਉਹਦੇ ਨਾਲ ਤੁਹਾਡਾ ਟਾਈਮ ਔਰ ਤੁਹਾਡਾ ਪੈਸਾ ਹੀ ਖਰਾਬ ਹੋਊਗਾ, ਹੋਰ ਕੁਛ ਨਹੀਂ ਖਰਾਬ ਹੋਣਾ ਜੀ, ਨਾ ਤੁਹਾਨੂੰ ਵੀਜ਼ਾ ਆਉਣਾ ਉਸ ਚੀਜ਼ ਨਾਲ। ਅਤੇ ਯੂਕੇ ਦੇ ਵਾਸਤੇ ਜੇਕਰ ਸਾਡੇ ਨੌਜਵਾਨ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦੇ ਪੇਰੈਂਟਸ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੇ ਇਸ ਵੇਲੇ ਅਪਲਾਈ ਕਰਨਾ ਹੋਵੇ ਤਾਂ ਯੂਕੇ ਵਾਸਤੇ ਕਿਹੜਾ ਇਨਟੇਕ ਹੈ ਜੀ? ਸਰ ਯੂਕੇ ਦੀ ਜਿਵੇਂ ਗੱਲ ਕਰੀਏ ਹੈ ਨਾ, ਆਲ ਓਵਰ ਮੈਨੂੰ ਲੱਗਦਾ ਅੱਧੇ ਪੰਜਾਬ ਨੂੰ ਰਾਈਜ਼ ਇਮੀਗ੍ਰੇਸ਼ਨ ਬਾਰੇ ਪਤਾ ਵੀ ਯੂਕੇ ਦਾ ਅਗਰ ਵੀਜ਼ਾ ਦਵਾ ਸਕਦੇ ਨੇ ਤਾਂ ਸਿਰਫ ਰਾਈਜ਼ ਇਮੀਗ੍ਰੇਸ਼ਨ ਹੀ ਵੀਜ਼ਾ ਦਵਾ ਸਕਦੀ ਹੈ। ਅਸੀਂ ਲਾਸਟ ਈਅਰ ਵੀ ਘੱਟੋ ਘੱਟ 5 ਤੋਂ 6 ਹਜ਼ਾਰ ਬੱਚੇ ਦਾ ਯੂਕੇ ਦਾ ਵੀਜ਼ਾ ਲੈ ਕੇ ਦਿੱਤਾ, ਵੱਖ ਵੱਖ ਥਾਵਾਂ ਤੋਂ, ਫਿਰੋਜ਼ਪੁਰ, ਸ਼੍ਰੀਨਗਰ ਤੱਕ, ਉੱਤਰਾਖੰਡ ਤੱਕ ਦੇ ਬੱਚੇ ਅਸੀਂ ਭੇਜੇ ਹੈ ਨਾ, ਪਟਿਆਲਾ ਤੋਂ, ਹੋਰ ਥਾਵਾਂ ਤੋਂ, ਵੱਖ ਵੱਖ ਥਾਵਾਂ ਤੋਂ ਬੱਚੇ ਭੇਜੇ। ਯੂਕੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਅਗਰ ਤੁਸੀਂ ਪਲੱਸ ਟੂ ਪਾਸ ਹੋ, CBSE ਬੋਰਡ ਹੈ, 60% ਤੋਂ ਉੱਪਰ ਤੁਹਾਡੇ ਨੰਬਰ ਨੇ, ਤੁਹਾਨੂੰ ਆਈਲੈਟਸ ਕਰਨ ਦੀ ਵੀ ਲੋੜ ਨਹੀਂ, ਤੁਸੀਂ ਵਿਦਾਊਟ ਆਈਲੈਟਸ ਵੀ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਇੰਗਲਿਸ਼ ਮੀਡੀਅਮ 'ਚ ਕੀਤੀ ਹੈ, 1 ਤੋਂ 2 ਸਾਲ ਦਾ ਗੈਪ ਹੈ, ਫਿਰ ਵੀ ਤੁਸੀਂ ਵਿਦਾਊਟ ਆਈਲੈਟਸ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ, ਠੀਕ ਹੈ। ਅਤੇ ਇਹਦੇ 'ਚ ਯੂਕੇ 'ਚ ਇਹ ਵੀ, ਯੂਕੇ 'ਚ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, 5 ਤੋਂ 6 ਸਾਲ ਦਾ ਵੀ ਗੈਪ ਹੈ, ਅਗਰ ਤੁਸੀਂ ਆਈਲੈਟਸ ਕੀਤੀ ਹੈ ਉਹਦੇ 'ਚ 5.5 ਜਾਂ ਓਵਰਆਲ 6 ਬੈਂਡ ਨੇ, ਫਿਰ ਵੀ ਤੁਸੀਂ ਯੂਕੇ ਦਾ ਵੀਜ਼ਾ ਬੜੀ ਈਜ਼ਲੀ ਲੈ ਸਕਦੇ ਜੀ। ਅਤੇ ਅਮਨ ਜੀ, ਕਿਵੇਂ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਹੁਣ ਉਪਰਾਲਾ ਕਰ ਹੀ ਰਹੇ ਹੋ ਕਿ ਨੌਜਵਾਨਾਂ ਨੂੰ ਸਿੱਧੇ ਤਰੀਕੇ ਦੇ ਨਾਲ, ਸਹੀ ਤਰੀਕੇ ਦੇ ਨਾਲ, ਪੂਰਾ ਕਾਨੂੰਨੀ ਰੂਪ ਦੇ ਵਿੱਚ ਬਾਹਰ ਭੇਜਣਾ ਹੈ, ਕਿਤੇ ਉਹਨਾਂ ਦੇ ਨਾਲ ਫਰੋਡ ਨਾ ਹੋ ਜਾਵੇ, ਉਹਦਾ ਵੀ ਤੁਸੀਂ ਪੂਰਾ ਧਿਆਨ ਰੱਖਦੇ ਹੋ। ਅਤੇ ਇੱਕ ਇਹ ਵੀ ਹੁੰਦਾ ਹੈ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਜਾਂ ਫਿਰ ਕਈ ਵਾਰ ਪੜ੍ਹੇ ਲਿਖੇ ਲੋਕ ਨਹੀਂ ਹੁੰਦੇ, ਉਹਨਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੁੰਦੀ ਹੈ। ਆਪਾਂ ਉਦਾਹਰਣ ਦੇ ਤੌਰ 'ਤੇ ਗੱਲ ਕਰੀਏ ਤਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਿਸਾਨ ਭਰਾ ਨੇ, ਉਹ ਵੀ ਬਾਹਰ ਜਾਣ ਦੇ ਇੱਛੁਕ ਹੁੰਦੇ ਨੇ, ਪਰ ਉਹਨਾਂ ਨੂੰ ਇਹ ਮਨ ਦੇ ਵਿੱਚ ਝਿਜਕ ਹੁੰਦੀ ਹੈ ਕਿ ਸ਼ਾਇਦ ਅਸੀਂ ਬਾਹਰ ਨਹੀਂ ਜਾ ਸਕਦੇ। ਕਿ ਉਹਨਾਂ ਵਾਸਤੇ ਵੀ ਕੋਈ ਤੁਹਾਡੀਆਂ ਸਰਵਿਸਿਜ਼ ਹੈਗੀਆਂ ਨੇ? ਐਵੇਂ ਦੀ ਕੋਈ ਗੱਲ ਨਹੀਂ ਵੀ ਕੋਈ ਇਨਸਾਨ ਬਾਹਰ ਨਹੀਂ ਜਾ ਸਕਦਾ, ਚਾਹੇ ਉਹ ਪੜ੍ਹਿਆ ਚਾਹੇ ਉਹ ਅਨਪੜ੍ਹ ਹੈ, ਹੁਣ ਚਾਹੇ ਉਹਦਾ ਪਾਸਪੋਰਟ ਅਨਪੜ੍ਹ ਵਾਲਾ, ECR ਪਾਸਪੋਰਟ ਕਹਿੰਦੇ ਹਾਂ ਜਿਹਨੂੰ ਆਪਾਂ ਅਨਪੜ੍ਹਤਾ ਵਾਲਾ ਪਾਸਪੋਰਟ ਕਿਹਾ ਜਾਂਦਾ, ਉਹ ਵੀ ਜਾ ਸਕਦਾ ਘੁੰਮਣ, ਆਪਣੀ ਫੈਮਿਲੀ ਨਾਲ ਵੀ ਜਾ ਸਕਦਾ, ਆਪਣੇ ਬੱਚਿਆਂ ਨਾਲ ਵੀ ਜਾ ਸਕਦਾ, ਜਾਂ ਜਿਨ੍ਹਾਂ ਦੇ ਕਿਸੇ ਦੇ ਕੋਈ ਬੱਚੇ ਨੇ ਉੱਥੇ ਜਾਂ ਕਿਸੇ ਦਾ ਕੋਈ ਬ੍ਰਦਰ ਹੈ ਜਾਂ ਕੋਈ ਸਿਸਟਰ ਹੈ, ਉਹ ਇਨਵਾਈਟ ਕਰਕੇ ਵੀ ਆਪਣੀ ਫੈਮਿਲੀ ਨੂੰ ਬਾਹਰ ਕੈਨੇਡਾ ਜਾਂ ਆਸਟ੍ਰੇਲੀਆ ਜਾਂ UK ਬੁਲਾ ਸਕਦਾ ਔਰ ਘੁੰਮਣ ਜਾ ਸਕਦੇ। ਐਵੇਂ ਦੀ ਕੋਈ ਗੱਲ ਨਹੀਂ ਵੀ ਕਿ ਨਹੀਂ ਜਾ ਸਕਦਾ, ਅਗਰ ਤੁਹਾਡੇ ਡਾਕੂਮੈਂਟ ਪ੍ਰੋਪਰ ਰੈਡੀ ਨੇ, ਇੱਕ ਅੱਛਾ ਤੁਹਾਨੂੰ ਇਮੀਗ੍ਰੇਸ਼ਨ ਮਿਲਿਆ, ਡਾਕੂਮੈਂਟ ਤੁਹਾਡੇ ਅੱਛੇ ਰੈਡੀ ਕਰਕੇ ਫਾਈਲ 'ਚ ਲਾਊਗਾ ਤਾਂ ਅੰਬੈਸਟਰ ਤੁਹਾਨੂੰ ਵੀਜ਼ਾ ਜ਼ਰੂਰ ਦਊਗਾ, ਤਾਂ ਉਹ ਜ਼ਰੂਰ ਜਾ ਸਕਦਾ, ਐਵੇਂ ਦੀ ਕੋਈ ਗੱਲ ਨਹੀਂ। ਅਤੇ ਇੱਕ ਗੱਲ ਹੋਰ ਸਰ, ਆਪਾਂ ਦੇਖਦੇ ਹਾਂ ਹੈ ਨਾ, ਬੱਚਿਆਂ 'ਚ ਬੜਾ ਉਤਸ਼ਾਹ ਬਾਹਰ ਜਾਣ ਦਾ,
ਹਰੇਕ ਬੱਚਾ ਪਲੱਸ ਟੂ ਕਰਦਾ ਮੈਂ ਬਾਹਰ ਜਾਣਾ, ਪਲੱਸ ਟੂ ਕਰਦਾ ਮੈਂ ਬਾਹਰ ਜਾਣਾ, ਆਪਣੇ ਮਾਂ ਬਾਪ ਦੇ ਗੁੰਠਾ ਦਿੰਦਾ ਵੀ ਮੈਨੂੰ ਬਾਹਰ ਭੇਜ, ਜਿਵੇਂ ਮਰਜ਼ੀ ਭੇਜ, ਜ਼ਮੀਨ ਵੇਚ, ਜੋ ਮਰਜ਼ੀ ਕਰ। ਆਪਾਂ ਇਹ ਮਾਧਿਅਮ ਰਾਹੀਂ, ਇੱਕਣ ਤੁਹਾਡੇ ਚੈਨਲ ਰਾਹੀਂ ਸਭ ਬੱਚਿਆਂ ਨੂੰ ਇਹ ਕਹਾਂਗੇ ਵੀ ਆਪਣੀ ਜ਼ਮੀਨਾਂ ਵੇਚ ਕੇ ਨਾ ਜਾਓ, ਠੀਕ ਹੈ ਨਾ ਜੀ। ਜ਼ਮੀਨਾਂ ਵੇਚ ਕੇ ਆਪਣੇ ਮਾਂ ਬਾਪ ਨੂੰ ਤੰਗ ਕਰਕੇ ਬਾਹਰ ਬਿਲਕੁਲ ਨਾ ਜਾਓ। ਅਗਰ ਚਲੋ ਤੁਹਾਡੇ ਮਾਂ ਬਾਪ ਥੋੜ੍ਹਾ ਬਹੁਤਾ ਕਰਕੇ ਤੁਹਾਨੂੰ ਜ਼ਮੀਨ ਵੇਚ ਕੇ ਬਾਹਰ ਭੇਜ ਵੀ ਦਿੰਦੇ ਨੇ, ਤਾਂ ਆਪਣਾ ਕਾਮਯਾਬ ਹੋ ਕੇ ਆਪਣਾ ਕੰਮ ਕਰੋ, ਔਰ ਕੰਮ ਕਰਕੇ ਜਿੰਨੇ ਤੁਸੀਂ ਸੈੱਟ ਹੋ ਗਏ ਤਾਂ ਆਪਣੇ ਮਾਂ ਬਾਪ ਕੋਲ ਵਾਪਸ ਆਓ ਅਤੇ ਉਹਨਾਂ ਦੀ ਸੇਵਾ ਕਰੋ। ਇੱਥੇ ਆ ਕੇ ਆਪਣੇ ਪੰਜਾਬ ਵਰਗਾ ਕੋਈ ਵੀ ਦੇਸ਼ ਨਹੀਂ ਹੈਗਾ, ਇੰਡੀਆ ਚਾਹੇ ਆਪਣਾ ਪੰਜਾਬ ਹੈ, ਜਿੱਥੋਂ ਜਿੱਥੋਂ ਤੁਸੀਂ ਜਾ ਰਹੇ ਹੋ ਉੱਥੇ ਉੱਥੋਂ ਕਮਾ ਕੇ ਜਿੰਨਾ ਕੁ ਤੁਸੀਂ ਕਮਾਇਆ ਤੁਹਾਨੂੰ ਲੱਗਦਾ ਵੀ ਤੁਹਾਡੀ ਲਾਈਫ ਸੈੱਟ ਹੈ, ਤੁਸੀਂ ਆਪਣੇ ਮਾਂ ਬਾਪ ਕੋਲ ਵਾਪਸ ਆਓ ਔਰ ਉਹਨਾਂ ਦੀ ਸੇਵਾ ਕਰੋ, ਆਪਣੇ ਧੀਆਂ ਭੈਣਾਂ ਨਾਲ ਰਹੋ। ਇੱਥੇ ਸਾਡਾ ਇਹ ਸੁਨੇਹਾ ਰਾਈਜ਼ ਇਮੀਗ੍ਰੇਸ਼ਨ ਦਾ ਹੈ ਨਾ, ਅਸੀਂ ਨਹੀਂ ਚਾਹਾਂਗੇ ਵੀ ਤੁਸੀਂ ਪੱਕੇ ਤੌਰ 'ਤੇ ਉੱਥੇ ਵਸਨੀਕ ਹੋ ਜਾਓ, ਆਪਣਾ ਵਾਪਸ ਆਓ, ਇੱਥੇ ਕੰਮ ਕਰੋ। ਬਹੁਤ ਲੋੜ ਹੈ ਨੌਜਵਾਨਾਂ ਦੀ, ਪੰਜਾਬ ਨੂੰ ਵੀ, ਸਾਨੂੰ ਵੀ ਤੁਹਾਡੀ ਬਹੁਤ ਲੋੜ ਹੈ। ਬਿਲਕੁਲ ਜੀ, ਬਿਲਕੁਲ ਅਮਨ ਜੀ ਹੋਰਾਂ ਦੀ ਬੜੀ ਖੂਬਸੂਰਤ ਗੱਲ ਹੈ ਕਿ ਅਕਸਰ ਇਹ ਹੁੰਦਾ ਹੈ ਕਿ ਬਾਹਰ ਜਾਣ ਦੀ ਹੋੜ ਲੱਗੀ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਬਾਹਰ ਚਲੇ ਜਾਣਾ ਹੈ, ਉੱਥੇ ਹੀ ਰਹਿਣਾ ਹੈ। ਅਤੇ ਜੇਕਰ ਪ੍ਰਵਾਸ ਦੀ ਗੱਲ ਕੀਤੀ ਜਾਵੇ ਤਾਂ ਪ੍ਰਵਾਸ ਦੇ ਮਾਇਨੇ ਵੀ ਬਦਲ ਚੁੱਕੇ ਨੇ। ਪਹਿਲਾਂ ਨੌਜਵਾਨ ਜਾਂ ਜਿਹੜੇ ਵੀ ਲੋਕ ਵਿਦੇਸ਼ ਜਾਂਦੇ ਸੀਗੇ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਸੀਗਾ ਕਿ ਅਸੀਂ ਇੱਥੋਂ ਪੈਸਾ ਕਮਾਉਣਾ ਹੈ, ਕੁਝ ਸਾਲ ਵਿਦੇਸ਼ ਦੇ ਵਿੱਚ ਰਹਾਂਗੇ ਅਤੇ ਉਦੋਂ ਬਾਅਦ ਰੋਜ਼ੀ ਰੋਟੀ ਕਮਾ ਕੇ ਵਾਪਸ ਪੰਜਾਬ ਜਾਵਾਂਗੇ ਅਤੇ ਆਪਣੇ ਘਰ ਬਾਰ ਨੂੰ ਜਾ ਕੇ ਸਾਂਭਾਂਗੇ, ਉੱਥੇ ਆਪਣੇ ਲੋਕਾਂ ਦੇ ਵਿੱਚ ਰਹਾਂਗੇ। ਪਰ ਹੁਣ ਪ੍ਰਵਾਸ ਦੇ ਮਾਇਨੇ ਸਮੇਂ ਦੇ ਨਾਲ ਬਦਲ ਚੁੱਕੇ ਨੇ। ਹੁਣ ਇਹ ਹੁੰਦਾ ਹੈ ਕਿ ਪਹਿਲਾਂ ਬੱਚਾ ਬਾਹਰ ਚਲਾ ਜਾਵੇ, ਉਸ ਤੋਂ ਬਾਅਦ ਦੇ ਵਿੱਚ ਉਹਦੇ ਪੇਰੈਂਟਸ ਜਾਣਾ ਸ਼ੁਰੂ ਕਰ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਇੱਥੋਂ ਵਾਲਾ ਸਾਰਾ ਵੇਚ ਵੱਟ ਕੇ ਚਲੇ ਜਾਈਏ। ਤਾਮਨ ਹੋਰਾਂ ਨੇ ਪੂਰਾ ਇਹ ਜਾਗਰੂਕਤਾ ਵਾਲਾ ਕੰਮ ਵੀ ਸ਼ੁਰੂ ਕੀਤਾ ਹੋਇਆ ਵੀ ਨੌਜਵਾਨ ਇਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਨ, ਵੀ ਆਪਾਂ ਧੱਕਾ ਨਹੀਂ ਕਰਨਾ, ਆਪਾਂ ਪ੍ਰੈਸ਼ਰਾਈਜ਼ ਨਹੀਂ ਕਰਨਾ ਪੇਰੈਂਟਸ ਨੂੰ ਵੀ ਅਸੀਂ ਜਾਣਾ ਹੀ ਜਾਣਾ ਹੈ। ਜੇਕਰ ਤੁਹਾਡੇ ਮਨ ਦੀ ਇੱਛਾ ਹੈ, ਪੇਰੈਂਟਸ ਚਾਹੁੰਦੇ ਨੇ, ਤੁਹਾਡੇ ਕੋਲ ਜ਼ਰੀਆ ਹੈਗਾ, ਤੁਹਾਡੇ ਕੋਲ ਇਨਕਮ ਦੇ ਸਾਧਨ ਹੈਗੇ ਨੇ, ਤਾਂ ਹੀ ਜਾਓ ਤੁਸੀਂ ਵਿਦੇਸ਼। ਨਹੀਂ ਤਾਂ ਉੱਥੇ ਜਾ ਕੇ ਫਿਰ ਮਨ ਦੇ ਵਿੱਚ ਮਲਾਲ ਰਹਿੰਦਾ, ਇੱਥੇ ਵੀ ਲੋਨ ਹੋ ਜਾਂਦਾ ਹੈ, ਉੱਥੇ ਜਾ ਕੇ ਵੀ ਪੜ੍ਹਾਈ ਦੇ ਉੱਤੇ ਖਰਚਾ ਹੁੰਦਾ ਹੈ। ਤਾਂ ਇਸ ਕਰਕੇ ਇਸ ਚੀਜ਼ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ। ਅਤੇ ਅਮਨ ਜੀ, ਇਸ ਤੋਂ ਇਲਾਵਾ ਸਟੱਡੀ ਵੀਜ਼ਾ ਤੋਂ ਇਲਾਵਾ ਹੋਰ ਕਿਹੜੀਆਂ ਸਰਵਿਸਿਜ਼ ਨੇ ਤੁਹਾਡੀਆਂ, ਹੋਰ ਕਿਹੜੇ ਕੈਟਾਗਰੀ ਦੇ ਮੁਤਾਬਕ ਵੀਜ਼ੇ ਲੱਗ ਸਕਦੇ? ਸਰ, ਅਸੀਂ ਇਕੱਲਾ ਜ਼ਿਆਦਾ ਵੈਸੇ ਸਟੱਡੀ ਵੀਜ਼ਾ ਹੀ ਕਰਦੇ ਹਾਂ। ਵੈਸੇ ਜੇ ਅਗਰ ਕਿਸੇ ਦੀ ਫੈਮਿਲੀ ਬਾਹਰ ਹੈ, ਉਹ ਸਪੋਂਸਰ ਕਰਦਾ, ਤਾਂ ਅਸੀਂ ਟੂਰਿਸਟ ਵੀਜ਼ਾ ਵੀ ਉਹਨਾਂ ਨੂੰ ਅਪਲਾਈ ਕਰ ਸਕਦੇ ਹਾਂ। ਸਟੱਡੀ ਵੀਜ਼ੇ ਤੋਂ ਇਲਾਵਾ ਹੋਰ ਅਸੀਂ ਕੋਈ ਸਰਵਿਸ ਨਹੀਂ ਪ੍ਰੋਵਾਈਡ ਕਰਦੇ ਜੀ। ਹਾਂਜੀ, ਬਿਲਕੁਲ ਜੀ, ਨੌਜਵਾਨਾਂ ਨੂੰ ਜਾਗਰੂਕ ਕਰਨ ਵਾਸਤੇ ਹੀ ਅਮਨ ਹੋਰਾਂ ਨੇ ਬੀੜਾ ਚੁੱਕਿਆ ਹੋਇਆ। ਨੌਜਵਾਨਾਂ ਨੂੰ ਸਿੱਧੇ ਰਾਹ ਪਾਉਂਦੇ ਨੇ, ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਡੀਲ ਕਰਦੇ ਨੇ। ਤੁਸੀਂ ਤਸਵੀਰਾਂ ਵੀ ਲਗਾਤਾਰ ਦੇਖੀਆਂ ਆਪਣੇ ਇਸ ਮਾਧਿਅਮ ਰਾਹੀਂ, ਸਾਡੇ ਮਾਧਿਅਮ ਰਾਹੀਂ ਤੁਹਾਡੀਆਂ ਸਕਰੀਨਾਂ ਦੇ ਉੱਤੇ, ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਪੂਰਾ ਸਟਾਫ ਖਿੜੇ ਮੱਥੇ ਡੀਲ ਕਰਦਾ ਹੈ ਅਤੇ ਹਰ ਕੁਐਰੀ ਹੈ ਜਿਹੜੀ, ਹਰ ਜਾਣਕਾਰੀ ਆ, ਉਹ ਪਹਿਲਾਂ ਹੀ ਦਿੱਤੀ ਜਾਂਦੀ ਹੈ ਨੌਜਵਾਨਾਂ ਨੂੰ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਉਹ ਨਾ ਰਹਿ ਜਾਵੇ ਕਿ ਸਾਡੇ ਨਾਲ ਸਹੀ ਨਹੀਂ ਹੋਇਆ, ਸਾਡੇ ਨਾਲ ਗਲਤ ਹੋ ਗਿਆ, ਅਸੀਂ ਗਲਤ ਬੰਦੇ ਕੋਲ ਆ ਗਏ। ਪਰ ਜਿਹੋ ਜਿਹੀ ਅਮਨ ਹੋਰਾਂ ਦੀਆਂ ਗੱਲਾਂ ਨੇ ਤੋਂ ਤੁਸੀਂ ਭਲੀ ਭੱਤ ਜਾਣ ਸਕਦੇ ਹੋ ਕਿ ਇੱਕ ਲੋਕਲ ਏਰੀਆ ਦੇ ਵਿੱਚ ਬੈਠ ਕੇ ਕੰਮ ਕਰਨਾ, ਖਾਸ ਕਰ ਪਟਿਆਲਾ ਬਹੁਤ ਵੱਡਾ ਸ਼ਹਿਰ ਹੈ, ਪਰ ਪਟਿਆਲੇ ਦੇ ਵਿੱਚ ਅਮਨ ਹੋਰਾਂ ਨੇ ਆਪਣੀ ਵੱਖਰੀ ਜਿਹੜੀ ਪਹਿਚਾਣ ਆ ਉਹ ਸਥਾਪਿਤ ਕਰ ਲਈ ਹੈ। ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇਹਨਾਂ ਨੇ ਪਿਛਲੇ ਇੱਕ ਦਹਾਕੇ ਦੇ ਵਿੱਚ 9-10 ਸਾਲਾਂ ਦੇ ਵਿੱਚ ਇੰਨਾ ਕੁ ਆਪਣਾ ਰੁਤਬਾ ਕਾਇਮ ਕਰ ਲਿਆ ਹੈ ਕਿ ਇਮਾਨਦਾਰੀ ਦੇ ਨਾਲ ਕੰਮ ਕਰਕੇ ਬਥੇਰੇ ਨੌਜਵਾਨਾਂ ਨੂੰ ਇਹ ਬਾਹਰ ਭੇਜ ਚੁੱਕੇ ਨੇ। ਜੀ ਅਮਨ ਜੀ, ਸਰ ਜਿਵੇਂ ਤੁਸੀਂ ਕੀਤੀ ਇਹ ਗੱਲ ਪਟਿਆਲੇ ਸ਼ਹਿਰ ਦੀ, ਹੈ ਨਾ, ਮੈਨੂੰ ਲੱਗਦਾ ਜਿਹੜੇ ਚੈਨਲ 'ਤੇ ਲੋਕ ਮੇਰਾ ਦੇਖ ਰਹੇ ਨੇ, ਮੈਂ ਕਈ ਬੱਚਿਆਂ ਨਾਲ ਪੜ੍ਹਿਆ ਵੀ ਹੋਊਂਗਾ, ਖੇਡਿਆ ਵੀ ਹੋਊਂਗਾ, ਸ਼ਹਿਰ 'ਚ ਵੀ ਬਹੁਤ ਲੋਕ ਹੈ ਨਾ ਜਾਣਦੇ ਹੋਣਗੇ, ਤਾਂ ਮੈਂ ਇਹੀ ਗੱਲ ਦੁਬਾਰਾ, ਪਹਿਲਾਂ ਵੀ ਆਪਾਂ ਨੇ ਇਹੀ ਗੱਲ ਕੀਤੀ ਸੀ ਵੀ ਪਲੀਜ਼ ਇੱਕ ਵਾਰ ਸਾਨੂੰ ਮੌਕਾ ਦਿਓ, ਇੱਕ ਵਾਰ ਮੌਕਾ ਦੇ ਕੇ ਦੇਖੋ, ਹੈ ਨਾ, ਤੁਹਾਡੇ ਹੀ ਸ਼ਹਿਰ 'ਚ
ਕੋਈ ਵੀ ਤੁਹਾਡੇ ਨਾਲ ਕੁਛ ਗਲਤ ਜਾਂ ਕੋਈ ਫਰੋਡ ਜਾਂ ਤੁਹਾਡਾ ਟਾਈਮ ਵੇਸਟ ਜਾਂ ਤੁਹਾਡੇ ਪੈਸੇ ਖਰਾਬ ਨਹੀਂ ਹੋਣਗੇ। ਅਗਰ ਵੀਜ਼ਾ ਆਉਣਾ ਹੋਊਗਾ ਤਾਂ ਤਾਂ ਫਾਈਲ ਫੜਾਂਗੇ, ਅਗਰ ਵੀਜ਼ਾ ਨਹੀਂ ਆਉਣਾ ਹੋਊਗਾ ਤਾਂ ਤੁਹਾਨੂੰ ਸਾਫ਼ ਜਵਾਬ ਦੇ ਦਾਂਗੇ। ਇੱਕ ਵਾਰ ਜਵਾਬ ਦਿੱਤਾ ਬਹੁਤ ਅੱਛਾ ਲੱਗਦਾ, ਵਾਰ ਵਾਰ ਟਾਈਮ ਖਰਾਬ ਕਰਨਾ, ਪੈਸੇ ਖਰਾਬ ਕਰਨੇ, ਉਹ ਬਿਲਕੁਲ ਅੱਛਾ ਨਹੀਂ ਲੱਗਦਾ ਕਿਸੇ ਲਈ। ਸਾਨੂੰ ਵੀ ਪਤਾ, ਆਪਾਂ ਵੀ ਮਿਹਨਤ ਕਰਕੇ ਇੱਥੇ ਤੱਕ ਆਏ ਹਾਂ ਸਰ। ਅਸੀਂ ਬਹੁਤ ਲੋਕ ਦੇਖੇ ਹੈ, ਬਹੁਤ ਬੱਚੇ ਸਾਡੇ ਕੋਲ ਆਉਂਦੇ ਹਾਂ ਵੀ ਸਰ ਆਹ ਚੰਡੀਗੜ੍ਹ ਕੇਸ ਆ, ਇੰਨੇ ਪੈਸੇ ਖਰਾਬ ਹੋ ਗਏ, ਸਾਡਾ ਪਾਸਪੋਰਟ ਨਹੀਂ ਦੇ ਰਹੇ, ਸਾਡਾ ਬੈਨ ਲੱਗ ਗਿਆ, ਜਾਂ ਸਾਡੇ ਤੋਂ ਪਾਸਪੋਰਟ ਅਸੀਂ ਉਹਨਾਂ ਨੇ ਰੱਖਤਾ, ਪਾਸਪੋਰਟ ਤੋਂ ਬਾਅਦ ਇੰਨੇ ਪੈਸੇ ਸਾਡੇ ਤੋਂ ਮੰਗ ਰਹੇ ਹੈ। ਸੋ ਇਹੀ ਚੀਜ਼ਾਂ, ਇਹੀ ਚੀਜ਼ ਅਵੇਅਰ ਕਰਨ ਲਈ ਅਸੀਂ ਅੱਜ ਇਹ ਵੀਡੀਓ ਸ਼ੂਟ ਕੀਤੀ ਹੈ, ਤਾਂ ਜੋ ਜਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਜਾਣਦੇ ਨੇ ਜਾਂ ਰਾਈਜ਼ ਇਮੀਗ੍ਰੇਸ਼ਨ ਨੂੰ ਜਾਣਦੇ ਨੇ, ਇੱਕ ਵਾਰ ਜ਼ਰੂਰ ਸਾਡੇ ਕੋਲ ਆਓ ਔਰ ਆਪਣਾ ਜੋ ਹੈ ਸਟੱਡੀ ਕਰਨ ਦਾ ਜਾਂ ਵੀਜ਼ਾ ਜਾਂ ਬਾਹਰ ਜਾਣਾ, ਕਨੇਡਾ ਜਾਣਾ, UK ਜਾਣਾ, USA ਜਾਣਾ, ਕਿਤੇ ਵੀ ਜਾਣਾ, ਉਹ ਇੱਕ ਵਾਰ ਸਾਡੇ ਕੋਲ ਆ ਕੇ ਕਾਉਂਸਲਿੰਗ ਜ਼ਰੂਰ ਲੈਣ, ਅਸੀਂ ਪੱਕੇ ਤੌਰ 'ਤੇ ਉਹਨਾਂ ਦਾ ਵੀਜ਼ਾ ਲੈ ਕੇ ਦੇਵਾਂਗੇ, ਕੋਈ ਵੀ ਟਾਈਮ ਵੇਸਟ ਜਾਂ ਪੈਸਾ ਵੇਸਟ ਨਹੀਂ ਕਰਾਂਗੇ। ਜੀ ਬਿਲਕੁਲ ਜੀ, ਅਮਨ ਹੋਰਾਂ ਦਾ ਐਡਰੈਸ ਰਾਈਜ਼ ਇਮੀਗ੍ਰੇਸ਼ਨ ਸਰਵਿਸਿਜ਼ ਦਾ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਿਹਾ, ਨੰਬਰ ਵੀ ਚੱਲ ਰਹੇ ਨੇ, ਤੁਸੀਂ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਅਤੇ ਅਮਨ ਹੋਰਾਂ ਨੂੰ ਸਿੱਧਾ ਆ ਕੇ ਤੁਸੀਂ ਪਟਿਆਲਾ ਮਿਲ ਸਕਦੇ ਹੋ। ਜੇਕਰ ਪਟਿਆਲਾ ਤੋਂ ਦੂਰੋਂ ਆਉਣਾ ਹੈ ਤਾਂ ਸਮਾਂ ਜ਼ਰੂਰ ਲੈ ਕੇ ਆਇਓ, ਪਰ ਜੇਕਰ ਤੁਸੀਂ ਪਟਿਆਲਾ ਦੇ ਨਜ਼ਦੀਕ ਹੋ ਤਾਂ ਕਿਸੇ ਵੀ ਵੇਲੇ ਵਰਕਿੰਗ ਆਵਰਸ ਦੇ ਵਿੱਚ ਆ ਕੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਜਿਹੜੀ ਵੀ ਕਾਉਂਸਲਿੰਗ ਹੈ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਅਮਨ ਜੀ, ਤੁਸੀਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਅਤੇ ਇੱਕ ਸਮਾਜ ਸੇਵਾ ਦਾ ਹੀ ਕੰਮ ਕਰ ਰਹੇ ਹੋ ਕਿ ਸਿੱਧੇ ਤੌਰ ਦੇ ਉੱਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਲੀਅਰ ਕਰ ਦਿੰਦੇ ਹੋ ਕਿ ਵੀਜ਼ਾ ਕਿਸ ਤਰ੍ਹਾਂ ਲੱਗਦਾ ਹੈ। ਜੇਕਰ ਤੁਹਾਡਾ 'ਚ ਕਾਬਲੀਅਤ ਹੋਊਗੀ ਤਾਂ ਲੱਗੂਗਾ, ਨਹੀਂ ਤਾਂ ਤੁਹਾਡਾ ਪੈਸਾ ਅਤੇ ਸਮਾਂ ਬਰਬਾਦ ਨਹੀਂ ਕੀਤਾ ਜਾਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸੋ ਦਰਸ਼ਕੋ, ਅਗਲੇ ਐਪੀਸੋਡ ਦੇ ਵਿੱਚ ਇਸੇ ਤਰ੍ਹਾਂ ਹੀ ਨਵੇਂ ਵਿਸ਼ੇ ਦੇ ਉੱਤੇ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।